ਮਿਸ਼ਨ ਪੁਨਰਜੋਤ ਵੱਲੋਂ ਪਿੱਛੇ ਆਪਾਂ 15 ਦਸੰਬਰ ਨੂੰ ਕੈਂਪ ਲਾਇਆ ਸੀ ਖੂਸਾ ਕੋਟਲਾ ਡਿਸਟ੍ਰਿਕਟ ਮੋਗਾ ਦੇ ਵਿੱਚ। ਸਾਨੂੰ ਬਾਬਾ ਗੁਰਮੀਤ ਸਿੰਘ ਜੀ ਨੇ ਅਤੇ ਉੱਥੋਂ ਦੇ ਸੇਵਾਦਾਰ ਉਹਨਾਂ ਰਿਕੁਐਸਟ ਕੀਤੀ ਗਈ ਵੀ ਸਾਨੂੰ ਤੁਸੀਂ ਕੁਛ ਸੰਦੇਸ਼ ਦਿਓ। ਬਾਬਾ ਜੀ ਦੇ ਵੱਲੋਂ ਬਹੁਤ ਛੋਟੀ ਸੇਵਾ ਕਰ ਰਹੇ ਨੇ, ਬਹੁਤ ਵਿਦਵਾਨ ਨੇ ਬਾਬਾ ਜੀ, ਉਹਨਾਂ ਨੇ ਆਪਣੀ ਰਹਿਣੀ ਬਹਿਣੀ ਇੰਨੀ ਅੱਛੀ ਕੀਤੀ ਹੋਈ, ਸਮਾਜ ਇੰਨੀ ਅੱਛੀ ਸੇਵਾ ਕਰ ਲਿਆ ਕਿ ਉਹਨਾਂ ਨੇ ਆਪਣੇ ਜਿੱਥੇ ਤੇਰੇ ਨਾਲ ਸੰਬੰਧਿਤ ਜਗ੍ਹਾ ਹੈਗੀ ਹੈ ਕੁਛ ਔਰਗੈਨਿਕ ਫਾਰਮਿੰਗ ਕਰਦੇ ਹੈਗੇ ਅਤੇ ਵਿੱਦਿਆ ਦੇ ਅਦਾਰੇ ਬਹੁਤ ਅੱਛੇ ਢੰਗ ਚੱਲਦੇ ਪਏ ਨੇ, ਬਹੁਤ ਅੱਛੇ ਐਜੂਕੇਸ਼ਨ ਸਕੂਲ ਕਾਲਜ ਖੋਲ੍ਹੇ ਹੋਏ ਨੇ, ਉਹਨਾਂ ਨੇ ਸੇਵਾ ਕਰਦੇ ਨੇ। ਬਾਬਾ ਜੀ ਨੇ ਜਿੱਥੇ ਸਮਾਜ ਨੂੰ ਚੰਗੀ ਸੇਧ ਦਿੱਤੀ ਉਸ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ। ਸਾਡਾ ਜਿਹੜਾ ਆਹ ਦਸੰਬਰ ਦਾ ਮਹੀਨਾ ਜਿਹੜਾ ਹੈਗਾ ਸਾਡੇ ਸਮਾਜ ਵਾਸਤੇ ਸੋਗਮਈ ਮਹੀਨਾ ਹੁੰਦਾ, ਜਿੱਥੇ ਆਪਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਾਰਾ ਬਲਿਦਾਨੀ ਹੋਈ ਹੈਗੀ ਹੈ ਅਤੇ ਉਹਦੇ ਵਿੱਚ ਮੁੱਖ ਰੱਖਦੇ ਪਏ ਉਹਨਾਂ ਸੰਦੇਸ਼ ਦਿੱਤਾ ਵੀ ਆਪਾਂ ਉਹਨਾਂ ਦੀ ਕੁਰਬਾਨੀਆਂ ਨੂੰ ਮੁੱਖ ਰੱਖਦੇ ਹੋਏ ਲੈਂਦੇ ਹੋਏ ਆਪਾਂ ਇੱਕ ਚੰਗਾ ਸਮਾਜ ਬਣਾਈਏ, ਚੰਗੀ ਆਪਾਂ ਸੋਚ ਕਰੀਏ ਅਤੇ ਜਿਹੜਾ ਨਵਾਂ ਸਾਲ ਚੜ੍ਹਨ ਵਾਲਾ ਹੈਗਾ ਉਹਨਾਂ ਨੇ ਇੱਕ ਅੱਛਾ ਸੰਦੇਸ਼ ਦਿੱਤਾ ਅਤੇ ਆਪਾਂ ਚੰਗੇ ਇਨਸਾਨ ਬਣੀਏ। ਆਓ ਆਪਾਂ ਉਹਨਾਂ ਦੇ ਸੰਦੇਸ਼ ਨੂੰ ਮੁੱਖ ਰੱਖਦੇ ਹੋਏ ਆਪਾਂ ਵੀ 2024 ਜਿਹੜਾ ਹੈਗਾ ਉੱਥੇ ਇੱਕ ਚੰਗੇ ਇਨਸਾਨ ਤੌਰ 'ਤੇ ਆਪਾਂ ਆਪਣੇ ਆਪ ਨੂੰ ਬਦਲਾਅ ਕਰੀਏ, ਆਪਣੇ ਸਮਾਜ ਨਾਲ ਪਿਆਰ ਕਰੀਏ। ਮੈਂ ਸਭ ਨੂੰ ਇਹ ਬੇਨਤੀ ਕਰਾਂਗਾ ਆਓ ਇਸ ਗੱਲ ਵਿੱਚ ਆਪਾਂ ਚੰਗੇ ਸਮਾਜ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਡਾਕਟਰ ਕੁਲਦੀਪ ਸਿੰਘ ਵਾਸੀਨ ਕੋਕਰੀ ਬੁੱਟਰਾ ਆਪਣੇ ਦੋਸਤਾਂ ਦੇ ਨਾਲ ਗੁਰਦੁਆਰਾ ਬਾਬਾ ਸ਼ਹੀਦਾਂ ਵਿਖੇ ਦਰਸ਼ਨ ਕਰਨ ਆਏ ਸੀਗੇ। ਇੱਥੇ ਆਣ ਕੇ ਦੇਖਿਆ ਕਿ ਹਰਿਆਵਲ ਵਰਡ ਕਲੱਬ ਵੱਲੋਂ ਖੂਸਾ ਪਾਂਡੋ ਵੱਲੋਂ ਔਰਗੈਨਿਕ ਦੀ ਖੇਤੀ ਕੀਤੀ ਜਾ ਰਹੀ ਹੈ, ਜਿਸ ਵਿੱਚ ਵੱਖ ਵੱਖ ਕਿਸਮ ਦੀਆਂ ਦਾਲਾਂ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ। ਅਸੀਂ ਦੇਖ ਕੇ ਸਾਰਾ ਕੁਝ ਪੁੱਛਿਆ ਇਹਨਾਂ ਤੋਂ, ਇਹਨਾਂ ਨੇ ਦੱਸਿਆ ਕਿਵੇਂ ਬਾਬਾ ਗੁਰਮੀਤ ਸਿੰਘ ਜੀ ਵੱਲੋਂ ਕਾਫੀ ਲੰਬੇ ਸਮੇਂ ਤੋਂ ਇਹ ਸਾਰੀ ਔਰਗੈਨਿਕ ਦੀ ਖੇਤੀ ਕੀਤੀ ਜਾ ਰਹੀ ਹੈ। ਇਹ ਦੁਕਾਨ ਵੀ ਉਹਨਾਂ ਕਲੱਬ ਵੱਲੋਂ ਬਣਾਈ ਗਈ ਹੈ ਜਿਹੜੀ ਕਿ ਸਸਤੇ ਰੇਟਾਂ 'ਤੇ ਦਾਲਾਂ ਸਬਜ਼ੀਆਂ ਸਾਰੀਆਂ ਜੋ ਕਿ ਔਰਗੈਨਿਕ ਹਨ, ਕੋਈ ਰੇਹ ਖਾਦ ਜਾਂ ਕੀੜੇ ਮਾਰ ਦਵਾਈਆਂ ਇਹ ਨਹੀਂ ਪਾਉਂਦੇ। ਅਤੇ ਅੱਜ ਅਸੀਂ ਇੱਥੇ ਕੁਛ ਦਾਲਾਂ ਸਬਜ਼ੀਆਂ ਖਰੀਦ ਵੀ ਕੀਤੀਆਂ ਹਨ। ਸੋ ਮੈਂ ਕਿਸਾਨ ਭਰਾਵਾਂ ਨੂੰ ਜਾਂ ਜੋ ਵੀ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਗੁਰਦੁਆਰਾ ਸਾਹਿਬ, ਜਿੰਨੇ ਵੀ ਸਿੰਘ, ਉਹਨਾਂ ਦੇ ਵਿੱਚ ਜ਼ਰੂਰੀ ਬੇਨਤੀ ਹੈ ਕਿ ਆਪਣੀ ਸਿਹਤ ਨੂੰ ਕਾਮਯਾਬ ਰੱਖਣ ਲਈ ਆਪਾਂ ਨੂੰ ਔਰਗੈਨਿਕ ਸਬਜ਼ੀਆਂ ਔਰਗੈਨਿਕ ਦਾਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਅਤੇ ਜੋ ਵੱਧ ਤੋਂ ਵੱਧ ਹੋ ਸਕੇ ਤਾਂ ਇੱਥੋਂ ਖਰੀਦ ਕਰਕੇ ਲਿਜਾਣੀਆਂ ਚਾਹੀਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਰਾਹੀਂ ਜੁੜੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੀਮਾਨ ਸੰਤ ਬਾਬਾ ਫਤਿਹ ਸਿੰਘ ਜੀ ਮਹਾਂਪੁਰਖਾਂ ਦੀ 8ਵੀਂ ਸਾਲਾਨਾ ਵਰਸੀ ਹੈ, ਜਿੱਥੇ ਇਹ ਪੋਹ ਦਾ ਪੂਰਾ ਮਹੀਨਾ ਖਾਲਸੇ ਦਾ ਉਹ ਮਹੀਨਾ ਹੈ ਜਿਹਦੇ ਅੰਦਰ ਖਾਲਸਾ ਆਪਣੇ ਅੰਦਰ ਆਤਮ ਸਾਤ ਹੁੰਦਾ ਹੈ ਕਿ ਬਚਪਨੇ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਇਆ ਜਾਂਦਾ, ਜਵਾਨੀ ਵਿੱਚ ਵੀ ਕਿਵੇਂ ਨਿਭਾਇਆ ਜਾਣਾ ਚਾਹੀਦਾ। ਤਾਂ ਮੈਂ ਸਮਝਦਾ ਵੀ ਜੇ ਹਰ ਵਕਤ ਸੱਚ ਪਰਮੇਸ਼ੁਰ ਨਿੱਤ ਨਵਾਂ ਹੁੰਦਾ ਹੈ,
ਜਿਹੜਾ ਸੱਚ ਪਰਮੇਸ਼ੁਰ ਨਿੱਤ ਨਵਾਂ ਹੈ ਉਹਦੇ ਲਈ ਜਿਹੜਾ ਆਪਣੇ ਗੁਰੂਆਂ ਪੀਰਾਂ ਦੀ ਆਪਣੇ ਬਜ਼ੁਰਗਾਂ ਦੀ ਸ਼ਹੀਦਾਂ ਸਿੰਘਾਂ ਦੀ ਯਾਦ ਰਾਹੀਂ ਜਿੰਨਾ ਕੋਈ ਚੰਗਾ ਕੰਮ ਕਰ ਸਕਦੇ ਹਾਂ, ਔਰਗੈਨਿਕ ਫਾਰਮਿੰਗ ਕਰ ਸਕਦੇ ਹੋ, ਵਾਤਾਵਰਨ ਦੀ ਸੰਭਾਲ ਕਰ ਸਕਦੇ ਹੋ, ਵਾਟਰ ਪੋਲਿਊਸ਼ਨ ਨੂੰ ਕੰਟਰੋਲ ਕਰ ਸਕਦੇ ਹੋ, ਵਾਟਰ ਕੰਜ਼ਰਵੇਸ਼ਨ 'ਤੇ ਕੰਸਰਨ ਕਰ ਸਕਦੇ ਹੋ, ਐਥਿਕਸ ਨੂੰ ਜਿਹੜਾ ਹੈਗਾ ਆਪਣੇ ਬੱਚਿਆਂ ਅੰਦਰ ਕਿਸ ਤਰ੍ਹਾਂ ਨਾਲ ਸੈਟਅਪ ਕਰਨਾ, ਇਹਦੇ ਨਾਲ ਧਿਆਨ ਕਰ ਸਕਦੇ ਹੋ, ਤਾਂ ਇਹ ਸਭ ਕੁਝ ਦੇ ਨਾਲ ਜਿਹੜਾ ਹੈਗਾ ਇੱਕ ਚੰਗਾ ਆਦਰਸ਼ਕ ਜੀਵਨ ਬਣਦਾ ਹੈ, ਚੰਗੇ ਆਦਰਸ਼ ਜੀਵਨ ਵਾਲੇ ਬਣ ਸਕਦੇ ਹੋ। ਗੁਰੂ ਕਿਰਪਾ ਕਰੇ ਐਸੇ ਰਹੱਸ ਸਾਡੀ ਜ਼ਿੰਦਗੀ ਅੰਦਰ ਵਸਣ, ਤਾਂ ਕਿ ਸਾਨੂੰ ਆਪਣੇ ਆਪ 'ਤੇ, ਆਪਣੀ ਕੌਮ 'ਤੇ, ਦੇਸ਼ 'ਤੇ ਮਾਣ ਹੋਵੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।